मित्रों कहिंदे इंसानां 'च जिहड़ी वफादारी है ओह खत्म हुंदी जांदी है ते पंछी अज भी वफादार ने। ओह किहड़ा पंछी है? ते तोता। ते आ भैण दे मोढ़े जदों बैठा देखिया असीं आए सिथे कम लुधियाणे सिमलापुरी तां मैं देखिया भैण दे मोढ़े ते बैठा सी। मैं भैण तों पुछिया इह कहिंदे वी मेरे बिना इह एक मिंट नहीं परे हुंदा। है ना सत श्री अकाल जी। भैण की नाम थोड़ा? जैस्मीन। अच्छा जी ਤੁਸੀਂ ਹਸਬੈਂਡ ਜੀ? ਅੱਛਾ ਸਤਿ ਸ਼੍ਰੀ ਅਕਾਲ ਭਾਈ। ਮੇਰਾ ਨਾਮ ਜਤਿੰਦਰ ਸਿੰਘ। ਹਾਂਜੀ ਇਹ ਬੇਟਾ ਹੈ ਜੀ। ਹਾਂਜੀ ਹਾਂਜੀ। ਅਤੇ ਥੋੜ੍ਹਾ ਕਿੱਦਾਂ ਕਿਹਦੀ ਦੱਸੋ ਜੀ ਕਿ ਉਹ ਕਰਦਾ ਮਤਲਬ ਪਹਿਲਾਂ ਉਹਨਾਂ ਤੋਂ ਸੁਣ ਲਓ ਇਹਦਾ। ਮਿੱਠੂ ਮਿੱਠੂ ਨਾ ਰੱਖੇ। ਹਾਂਜੀ ਜੈਮਸੀ ਕਰਦਾ ਮਿੱਠੂ। ਜੈਮਸੀ ਜੈਮਸੀ ਮਿੱਠੂ ਜੈਮਸੀ। ਇਹ ਕਹਿੰਦੇ ਜੀ ਇੱਥੇ ਅਸੀਂ ਜਾਂਦੇ ਹੁੰਦੇ ਸੀਗੇ ਹੈ ਨਾ, ਤਾਂ ਇਹਨਾਂ ਦੀ ਕੀ ਕਹਾਣੀ ਹੈ ਸਾਰੀ ਜੀ? ਅਸੀਂ ਐਕਚੁਅਲੀ ਚਰਚ ਜਾਂਦੇ ਹਾਂਗੇ। ਓਕੇ ਚਲੋ ਉਹ ਤਾਂ ਆਪਦਾ ਹਰੇਕ ਦਾ ਹੁੰਦਾ ਜੀ। ਓਕੇ ਬਸ ਉਹੀ ਮੈਂ ਨਾ ਸਾਰਾ ਦਿਨ ਯੂਟਿਊਬ ਤੇ ਵੀਡੀਓ ਦੇਖਦੀ ਰਹਿੰਦੀ ਸੀ ਪੰਛੀਆਂ ਦੀ। ਮਤਲਬ ਮੈਨੂੰ ਸ਼ੁਰੂ ਤੋਂ ਲਗਾਵ ਤਾਂ ਹੈਗਾ ਸੀਗਾ ਇਹਨਾਂ ਨਾਲ। ਹਾਂਜੀ ਤੇ ਜਿਵੇਂ ਡੋਗੀਆਂ ਨਾਲ ਬਿੱਲੀਆਂ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਸੀ। ਹਾਂਜੀ ਪਰ ਇੱਥੇ ਆ ਕੇ ਕੁਛ ਨਹੀਂ ਸੀ। ਇਧਰਲੇ ਪਾਸੇ ਆ ਜਾਓ। ਹਾਂਜੀ ਜਦੋਂ ਮੈਂ ਇੱਥੇ ਆਈ ਹਾਂ ਇੱਥੇ ਕੁਛ ਵੀ ਨਹੀਂ ਸੀਗਾ, ਇੱਦਾਂ ਪੰਛੀ ਵਗੈਰਾ ਕੁਛ ਨਹੀਂ ਸੀਗੇ। ਅੱਛਾ ਤੇ ਸਾਨੂੰ ਇੱਕ ਗੋਡ ਗਿਫਟ ਹੀ ਮਿਲਿਆ ਸਾਡੀ ਛੱਤ ਦਾ, ਸਾਡੀ ਛੱਤ ਤੇ ਆ ਗਿਆ ਸੀਗਾ। ਛੱਤ ਤੇ ਕਿੱਡਾ ਕਿ ਸੀ ਜਦੋਂ ਤੁਸੀਂ? ਨਿੱਕਾ ਜਿਹਾ ਬੱਚਾ ਜਿਹਾ ਸੀ, ਜਿਵੇਂ ਨਾ ਕਾਵਾਂ ਕੁਵਾਣੇ ਮਧੋਲਿਆ ਪਿਆ ਹੁੰਦਾ ਗਾ। ਅੱਛਾ ਫਿਰ ਇਹਨੂੰ ਅਸੀਂ ਮਤਲਬ ਚੱਕਿਆ ਫੜ ਕੇ ਫਿਰ ਇਹਨੂੰ ਸਾਂਭਿਆ। ਫਿਰ ਮੈਨੂੰ ਇਹ ਕਨਸੀਵ ਹੋਇਆ ਉਸ ਤੋਂ ਬਾਅਦ ਇਹ ਸਾਡਾ। ਅੱਛਾ ਮਤਲਬ ਵੀ 15 ਦਿਨ ਵੀਹਾਂ ਦਿਨਾਂ ਬਾਅਦ ਮੈਨੂੰ ਇਹ ਕਨਸੀਵ ਹੋਇਆ। ਅੱਛਾ ਫਿਰ 9 ਮਹੀਨੇ ਜਿਹੜੇ ਮੈਂ ਰਹੀ ਆ ਇਹਨੂੰ ਮੈਂ ਇੱਦਾਂ ਰੱਖਿਆ ਗਾ ਜਿਵੇਂ ਇੱਕ ਬੱਚਾ ਪਾਲਦੇ ਹੁੰਦੇ ਆ। ਅੱਛਾ ਜਦੋਂ ਸੋਣਾ ਉਦੋਂ ਵੀ ਨਹੀਂ? ਤੁਸੀਂ ਇਹਨਾਂ ਤੇ ਯਕੀਨ ਕੀਤਾ ਇਹ ਛੋਟਾ ਬੱਚਾ ਸੀ? ਇਹਤੇ ਠੁੰਗਾ ਵਗੈਰਾ ਨਹੀਂ ਮਾਰੇ ਨੇ? ਨਹੀਂ ਇਹਨੂੰ ਸਗੋਂ ਇਹਨੂੰ ਇਹਨੇ ਪਾਲਿਆ ਗਾ, ਇਹ ਧਿਆਨ ਰੱਖਦਾ ਹੁੰਦਾ ਸੀਗਾ। ਅੱਛਾ ਜੀ ਇਹਨੇ ਤਾਂ ਇੱਥੇ ਤਰ੍ਹਾਂ ਫਿਰਦਾ ਰਹਿੰਦਾ ਸੀ, ਕੁਛ ਨਹੀਂ ਕਹਿੰਦਾ, ਇਹਨੂੰ ਕੁਛ ਨਹੀਂ ਕਹਿੰਦਾ ਸੀਗਾ। ਅੱਛਾ ਜਦੋਂ ਤੁਸੀਂ ਆਪਦਾ ਕੋਈ ਕੰਮ ਕਰਦੇ ਸੀ ਤਾਂ ਇਹਦੀ ਰੱਖੀ ਇਹ ਕਰਦਾ ਸੀ? ਕਰ ਲੈਂਦਾ ਹੁੰਦਾ ਸੀ, ਇਹਨੂੰ ਛੱਡ ਦੇਣਾ ਇਹਨੂੰ, ਮਤਲਬ ਜਿਹਦੇ ਨੀਚੇ ਡਿੱਗਣਾ ਜਾਂ ਇਹਨੇ ਇੱਧਰ ਉੱਧਰ ਹੋਣਾ ਇਹਨੇ ਆਵਾਜ਼ ਲਗਾ ਦੇਣੀ ਜਿਵੇਂ। ਅੱਛਾ ਬੈੱਡਾਂ ਤੇ ਕਹਿੰਦੇ ਜੀ ਆ ਬੱਚਾ ਖੇਡਦਾ ਹੁੰਦਾ ਸੀਗਾ ਤੇ ਇਹ ਆਪਣੀ ਜੱਸੀ ਥੱਲੇ ਜਾ ਕੇ ਕੋਈ ਕੰਮ ਦਾ ਕੰਮ ਕਰਦੀ ਹੁੰਦੀ ਸੀ, ਤਾਂ ਜਦੋਂ ਇਹਨੇ ਬੈੱਡਾਂ ਦੇ ਨੁੱਕਰ ਤੇ ਆ ਜਾਣਾ ਤਾਂ ਉਹਨੇ ਆਵਾਜ਼ ਮਾਰਨੀ। ਹਾਂ ਕੀ ਕੀ ਆਵਾਜ਼ ਮਾਰਦਾ ਹੁੰਦਾ ਸੀ? ਜੱਸੀ ਕਹਾਇਆ ਤੂੰ? ਪਿੱਛੇ ਜਾਂ ਪਿੱਛੇ ਕਹਾਇਆ ਪਤਾ ਲੱਗ ਗਿਆ ਜੱਸੀ ਕਹਾਇਆ ਤੂੰ? ਜੱਸੀ ਕਿੱਥੇ ਆ? ਹੈ ਮਿੱਠੂ ਜੱਸੀ ਜੱਸੀ ਕੀ ਬਾਤ ਹੈ ਜੀ? ਕੀ ਕੀ ਕਹਿੰਦੇ ਮਿੱਠੂ? ਯੂਵੀ ਕਿੱਥੇ ਆ ਆਪਣਾ? ਯੂਵੀ ਕਿੱਥੇ ਆ? ਹੈ ਯੂਵੀ ਉਹ ਯੂਵੀ ਨੂੰ ਲੈਣ ਆਏ ਆ ਜੀ। ਆਤ ਲੱਗ ਗਈ ਹੁਣ ਬੁਰਕੀ ਖਾ ਲੂਗਾ? ਫਿਰ ਤੁਸੀਂ ਕਈ ਵਾਰ ਪਾਸਾ ਪੂਸਾ ਮਾਰਦੇ ਜਦੋਂ? ਅੱਛਾ ਜੀ ਕੀ ਕਹਿੰਦਾ ਮਿੱਠੂ? ਸਾਨੂੰ ਰੋਟੀ, ਅਸੀਂ ਰੋਟੀ ਖਾਣੀ ਹੈ ਮਿੱਠੂ। ਮੇਰੀ ਚਾਹ ਦੇ ਦਿਓ ਜਾਂ ਬਿਸਕੁਟ ਲੈ ਆਏ ਬਿਸਕੁਟ ਲੈ ਆਏ ਖਵਾਉਂਦੇ।
ਅੱਛਾ ਜੀ ਕਿਤੇ ਵੀ ਜਾਣਾ ਚਾਹੇ ਕਿਤੇ ਆਪਣੇ ਘਰੇ ਜਾਣਾ ਪੇਕੇ ਜਾਣਾ ਇਹਨੂੰ ਨਾਲ ਹੀ ਚੱਕਣਾ ਸੀ ਅੱਛਾ ਇੱਕ ਦੋ ਬਾਜ਼ਾਰ 'ਚ ਵੀ ਹਾਂ ਬਾਜ਼ਾਰ ਵੀ ਕਿਤੇ ਪਠਾਨਕੋਟ ਜਾਣਾ ਮੋਗੇ ਜਾਣਾ ਸੀ ਜੇ ਕਦੇ ਮਜਬੂਰੀ ਪੈ ਜੇ ਤਾਂ ਥੋੜਾ ਜਿਹਾ ਵੱਖ ਹੋਣਾ ਪੈ ਜੇ ਫਿਰ ਮੈਂ ਛੱਡ ਕੇ ਜਾ ਗਈ ਆਂ ਕਿ ਬਾਅਦ 'ਚ ਪਰ ਐਵੇਂ ਆ ਜਿਵੇਂ ਇੱਕ ਮਾਂ ਦੀ ਬੱਚੇ ਨਾਲ ਸੈਕਸ ਹੁੰਦੀ ਹੈ ਨਾ ਐਵੇਂ ਆ ਅੱਛਾ ਜਦੋਂ ਤੁਹਾਡੀ ਡਿਲੀਵਰੀ ਹੋਈ ਹੈ ਤਾਂ ਉਦੋਂ ਇਹ 3 ਦਿਨ ਹਸਪੀਟਲ ਹੀ ਰਿਹਾ ਨਾ ਹਸਪੀਟਲ ਹੀ ਰੱਖਿਆ ਅੱਛਾ ਮੈਂ ਲੈ ਗਿਆ ਸੀ ਹਸਪੀਟਲ ਦੇ ਨਾਲ ਹੀ ਰਿਹਾ ਉੱਥੇ ਹੀ ਰਿਹਾ 3 ਦਿਨ ਅੱਛਾ ਜੀ ਮਤਲਬ ਇਹਦੀ ਕਿੰਨੀ ਉਮਰ ਹੁੰਦੀ ਹੈ ਵੈਸੇ ਤੋਤੇ ਦੀ ਉਮਰ ਤਾਂ ਪਤਾ ਨਹੀਂ ਕਹਿੰਦਾ ਜੇ ਸਾਂਭ ਸੰਭਾਲ ਕਰੋ ਮੈਂ YouTube ਤੇ ਦੇਖਿਆ ਸੀ 100 ਸਾਲ ਤੋਂ ਤੱਕ ਅੱਛਾ ਫਿਰ ਤਾਂ ਠੀਕ ਹੈ ਮੈਨੂੰ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਕਿਤੇ ਇਹ ਨਾ ਹੋਵੇ ਹਨਾ ਵੀ ਇਹਦੀ ਉਮਰ ਘੱਟ ਹੋਵੇ ਫਿਰ ਦੇਖੋ ਹਨਾ ਮੋਹ ਮੁਹੱਬਤ ਪੈ ਜਾਂਦੀ ਹੁੰਦੀ ਹੈ ਮੈਨੂੰ ਲੱਗੀ ਹੋਈ ਹੈ ਪਹਿਲਾਂ ਡਾਕਟਰ ਮੈਂ ਡਾਕਟਰ ਇਹਨੇ ਖਾਣਾ ਨਹੀਂ ਹੁੰਦਾ ਜਿੰਨਾ ਚਿਰ ਮੂੰਹ ਤੇ ਹਾਂਜੀ ਇਦਾਂ ਮੈਨੂੰ ਕਹੂੰਗੀ ਨਾ ਇਹਨੇ ਨਹੀਂ ਖਾਣਾ ਹੁਣ ਇਹ ਆਪਣਾ ਮੂੰਹ ਮਾਰੇਗਾ ਨਾ ਖਵਾਏ ਬੈਠੋ ਅੱਛਾ ਨਾ ਥੋਥੋ ਖਾਣਾ ਨੀ ਤੂੰ ਵੀ ਖਾ ਲੈਂਦਾ ਵਾ ਅੱਛਾ ਇੱਕ ਵਾਰੀ ਮੰਮੀ ਨੂੰ ਥੱਲੇ ਛੱਡ ਕੇ ਇੱਕ ਰਾਤ ਵੈਸੇ ਖਵਾ ਕੇ ਦੇਖੋ ਹੱਥ ਨਾਲ ਨਹੀਂ ਖਾਂਦਾ ਖਾਂਦਾ ਨੀ ਇੱਦਾਂ ਕਰੀ ਜਾਣਾ ਮਿੱਠੂ ਖਾ ਪਤੋਏ ਮੈਂ ਨਹੀਂ ਖਾਣਾ ਕੀ ਕਹਿੰਦਾ ਮੈਂ ਨਹੀਂ ਖਾਣਾ ਤੁਸੀਂ ਬਲੋ ਖਾਣਾ ਨੀ ਪਿੱਛੇ ਹਟੋ ਕਹਿੰਦਾ ਮੈਂ ਪਿੱਛੇ ਹੋ ਜਾਵਾਂ ਹੈ ਉਹ ਕਹਿ ਰਿਹਾ ਪਿੱਛੇ ਹੋ ਜਾਓ ਹੈਲੋ ਮਿੱਠੂ ਬਗਾਨੇ ਘਰੇ ਖਾਧਾ ਪੀਤਾ ਕੁਛ ਅੱਛਾ ਨੀਚੇ ਅਸੀਂ ਉੱਪਰਲੀ ਛੱਤ ਤੇ ਖੜੇ ਜੀ ਮਤਲਬ ਉੱਪਰ ਇੱਕ ਸੈਕੰਡ ਫਲੋਰ ਤੇ ਜਿਹੜਾ ਥੱਲੇ ਵਾਲਾ ਫਲੋਰ ਆ ਉੱਥੇ ਨਾ ਖਾਧਾ ਨਾ ਪਾਣੀ ਪੀਤਾ ਇੱਕ ਵਾਰ ਫਿਰ ਕਹੇ ਜੱਸੀ ਤੂੰ ਜੱਸੀ ਟਿੰਕੂ ਜੱਸੀ ਟਿੰਕੂ ਕਹਿੰਦਾ ਜਿਸ ਕਹਾ ਤੂੰ ਮੇਰੇ ਵਾਂਗੂ ਬੋਲੋ ਤੁਸੀਂ ਕਹਾ ਜੈਮਸੀ ਜੈਮਸੀ ਤੁਸੀਂ ਕਹਾ ਜੱਸੀ ਤੂੰ ਮਿੱਠੂ ਜੱਸੀ ਕਿੱਥੇ ਜੱਸੀ ਕਿਆ ਬਾਤ ਆ ਜੀ ਕਿਆ ਬਾਤ ਹੈ ਨਾ ਵੀ ਜੇ ਪਿਆਰ ਦਿਓਗੇ ਤੁਸੀਂ ਕਿਸੇ ਨੂੰ ਤਾਂ ਮਤਲਬ ਪੰਛੀਆਂ 'ਚ ਵੀ ਇਹ ਖਾਸੀਅਤ ਹੈ ਵੀ ਉਹ ਤੁਹਾਨੂੰ ਪਿਆਰ ਦੇਣਗੇ ਨਾ ਪਰ ਤੁਹਾਨੂੰ ਪਿਆਰ ਦੇਣਾ ਆਉਣਾ ਚਾਹੀਦਾ ਹੈ ਨਾ ਅੱਜ ਕੱਲ੍ਹ ਮਤਲਬ ਹੀ ਹੋ ਗਏ ਸਵੇਰੇ ਦੇ ਲਓ ਮੈਂ ਔਰ ਜਦੋਂ ਉੱਠਦੀ ਆ ਸਫਾਈਆਂ ਕਰਨੀਆਂ ਇਹਦਾ ਪਿੰਜਰਾ ਸਰਾਂ ਦੇ ਵਿੱਚ ਬਿਠਾ ਕੇ ਇਹਨੂੰ ਛਾਵ ਥੱਲੇ ਬਿਠਾ ਦੇਣਾ ਮੰਨ ਲਓ ਤੁਸੀਂ ਇਹ ਉਤਾਰ ਕੇ ਬੈੱਡਾਂ 'ਤੇ ਬਿਠਾਤਾ ਨਹੀਂ ਫਿਰ ਭੱਜ ਕੇ ਅਭੀ ਭੇਜ ਦੂ ਅੱਗੇ ਮੋਢੇ ਤੇ ਅੱਛਾ ਅੱਛਾ ਇਹਦੇ ਨਾਲ ਹੁਣ ਇਹ ਖੇਡ ਲੂਗਾ ਜਿਹਨੂੰ ਖੜਾ ਅੱਛਾ ਇੱਕ ਮਿੰਟ ਇੱਕ ਮਿੰਟ ਇਹਦੀਆਂ ਵੀਡੀਓ ਹੋਰ ਬਣਾਈਆਂ ਹੋਈਆਂ ਨੇ ਹੁਣ ਤਾਂ ਇਹ ਸੰਗ ਦਾ ਉਸ ਹੱਥੋਂ ਤੇ ਉਹ ਦਿਖਾਇਓ ਵੀਡੀਓ ਥੋੜੀਆਂ ਪਲੀਜ਼ ਜਿੱਥੇ ਛੋਟੇ 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 ਬੱਚੇ ਨਾਲ ਖੇਡਦਾ ਰਿਹਾ ਕੀ ਦੱਸ ਰਹੀ ਬੋਲ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਛੋਟਾ ਹੁੰਦਾ ਜਦੋਂ ਬੱਚਾ ਖੇਡਦਾ ਹੁੰਦਾ ਸੀ ਆਹ ਤੇ ਇਹ ਜਦੋਂ ਇੱਧਰ ਮਤਲਬ ਖੇਡਦਾ ਖੇਡਦਾ ਕਿਨਾਰੇ ਤੇ ਆ ਜਾਂਦਾ ਸੀਗਾ ਤਾਂ ਇਹਨੇ ਅੱਛਾ ਤਿੰਨ ਤੋਤੇ ਬਾਹਰੋਂ ਆ ਕੇ ਇਹਦੇ ਪਿੰਜਰੇ ਤੇ ਬਹਿ ਗਏ ਗਿੱਟਰ ਮਿੱਟਰ ਕਰਨ ਲੱਗ ਗਏ ਵੀ ਲੱਗ ਗਿਆ ਤੇ ਮੈਂ ਕਿਹਾ ਚੱਲ ਪਿੰਜਰਾ ਢੱਕਣ ਖੋਲਦੇ ਵਿੱਚ ਜਿਵੇਂ ਵੜ ਗਏ ਇੱਕ ਅੱਧਾ ਅਸੀਂ ਹੱਥ 'ਚ ਫੜਿਆ ਹੱਥ 'ਚ ਨਿਕਲ ਕੇ ਗਲੀ 'ਚ ਛਾਲ ਮਾਰ ਗਿਆ ਜੋਰ ਜੋਰ ਨਾਲ ਚਿਣਕ ਲਾ ਗਿਆ ਬਿੱਲੀ ਆ ਗਈ ਦੱਸ ਵੀ ਦਿੰਦਾ ਗੱਲਬਾਤ ਕੀਤੀ ਚੱਲ ਮਿੱਠੂ ਸਾਨੂੰ ਦੇ ਦੋ ਮੈਨੂੰ ਕੋਈ ਚੱਲ ਮਿੱਠੂ ਛੱਡ ਚੱਲ ਜਾਣਾ ਮਿੱਠੂ ਚੱਲ ਸਾਡੇ ਨਾਲ
है आज ਸਾਡਾ ਚਲੀ ਪਿੱਛੇ ਹਟ ਗਿਆ ਨਾ ਚਲੋ ਜੀ ਵੀਡੀਓ ਬਾਤ ਬਾਤ ਸ਼ੇਅਰ ਕਰੋ ਮਤਲਬ ਐਦਾਂ ਐਦਾਂ ਜਿਵੇਂ ਨਾ ਹੁਣ ਕਈ ਵਾਰ ਮੈਨੂੰ ਨਹੀਂ ਪਤਾ ਲੱਗਦਾ ਮੈਂ ਜਦ ਸੁੱਤੀ ਹੁੰਨੀ ਹੈਗੀ ਕਈ ਵਾਰ ਇਹ ਆ ਜਾਂਦੇ ਆਗੇ ਫਿਰ ਨਾਲ ਹੀ ਨਾ ਇੱਥੇ ਜੇ ਆ ਕੇ ਪਿੰਜਰੇ ਥੱਲੇ ਆ ਕੇ ਕਹੂਗਾ ਜੱਸੀ ਟਿੰਕੂ ਅੱਛਾ ਇਹ ਪਤਾ ਲੱਗ ਜਾਂਦਾ ਫਿਰ ਹੁਣ ਬਾਹਰ ਆ ਗਿਆ ਬਾਹਰ ਤਾਂ ਪਤਾ ਜਾਂ ਬਾਹਰ ਕਈ ਵਾਰ ਨਾ ਮੇਰੇ ਕੋਲ ਕਸਟਮਰ ਆ ਜਾਂਦੇ ਆਗੇ ਚਲੋ ਜੀ ਵੀਡੀਓ ਬਾਤ ਬਾਤ ਸ਼ੇਅਰ ਕਰੋ ਹਨਾ ਵੀ ਇਦਾਂ ਪਿਆਰ ਦਿਓ ਤੁਸੀਂ ਪੰਛੀਆਂ ਨੂੰ ਜਾਨਵਰਾਂ ਨੂੰ ਹਨਾ ਤਾਂ ਜੋ ਉਹ ਚੌਗਣਾ ਪਿਆਰ ਕਰਕੇ ਤੁਹਾਨੂੰ ਮੋੜਨ ਹੈ ਨਾ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਤੁਹਾਨੂੰ ਦੇਖ ਕੇ ਇੱਥੇ ਮੈਂ ਆ ਗਿਆ ਸੀ ਅੰਦਰ ਧੰਨਵਾਦ ਜੀ ਵੀਡੀਓ ਕਰੋ ਸ਼ੇਅਰ ਮਤਲਬ ਧੰਨਵਾਦ ਠੀਕ ਹੈ ਜੀ ਜੱਸੀ ਜੀ ਹੈ ਨਾ ਠੀਕ ਹੈ ਜੀ ਓਕੇ ਭੈਣ